सब्सक्राइब करो NC7 न्यूज नू ते लेटेस्ट अपडेट पाने प्रेस करो बेल आइकन। अहम खबर, कोविड-19 तो बाद मंदी दी मार चल रहे मैरिज पैलेस टेंट लाइट एंड साउंड जगराता अते पवन मालका ने रामपुरा फूल शहर च पंजाब सरकार दे खिलाफ जम के रोस प्रदर्शन कीता। उन्हें कहा कि कोरोना महामारी दे दौरान उन्हें दे कामकाज मार्च 2020 तो बंद ने अते आज हालात ए हो गए ने कि ओह दो वक्त दी रोटी तो भी मोहताज होके रह गए ने। सरकार द्वारा व्याह शादियां च 3 मेंबरां तो वध इकट्ठ करन ते पाबंदी लगाई हुई है, जिस कारण उन्हां दा कारोबार बिल्कुल ठप होके रह गया है, जिस कारण उन्हां नूं मजबूरन सड़कां ते उतरना पिया। उन्हां दी मंग है कि मैरिज पैलेसां दे विच इकट्ठ करन विच छोड़ दित्ती जावे, जिस पैलेस विच 1000 तक लोकां दा इकट्ठ हो सकदा है उत्थे सरकार वल्लों 150 तों 200 तक दे लोकां दे इकट्ठ दी इजाजत देवे। उन्हां दा कहना सी कि ओह पंजाब सरकार दे दस्से गए नियमां दे मुताबिक ही अपना काम करनगे। इस दे नाल ही उन्हां कहा कि जेकर सरकार ने उन्हां नूं रियायत विच वादा नहीं कीता तां ओह अपने कारोबारां दे ताले मार चाबियां सरकार नूं सौंप देंगे। ਸਰਕਾਰ ਨੂੰ ਅਪੀਲ ਕਰਦਾ ਹੈਗਾ ਜੋ ਕਿ ਕੋਵਿਡ-19 ਦੇ ਦੌਰਾਨ ਸਾਰੇ ਕੰਮ ਬੰਦ ਹੈ, ਟੈਂਟ ਲਾਈਨ ਦੇ, ਲਾਈਟ ਦੇ, ਦਰਬਾਰ ਦੇ, ਕੈਟਰਿੰਗ ਦੇ ਵੀ ਉਹ ਖੋਲ੍ਹੇ ਹਨ, ਕਿਉਂ ਸਾਰੇ ਜਿੰਨੇ ਪੰਜਾਬ ਲੈਵਲ ਦੇ ਬੰਦੇ ਹੈਗੇ ਆ ਸਭ ਮਰੇ ਪਏ ਆ ਇਸ ਟਾਈਮ। ਨਾ ਤਾਂ ਉਹਨਾਂ ਕੋਲ ਤਨਖਾਹਾਂ ਦੇਣ ਨੂੰ ਪੈਸੇ ਆ, ਨਾ ਕਿਸ਼ਤਾਂ ਦੇਣ ਨੂੰ ਪੈਸੇ ਆ, ਆਪਦਾ ਵਿਚਾਰੇ ਸਮਾਨ ਵੇਚ ਵੇਚ ਕੇ ਕਰੀ ਜਾਂਦੇ ਆ ਘਾਹ ਭਾਨਾ। ਇਹਦੇ ਦੌਰਾਨ ਪੰਜਾਬ ਸਰਕਾਰ ਨੂੰ ਇੱਕ ਅਪੀਲ ਜ਼ਰੂਰ ਕਰਦਾ ਵੀ ਜਗਰਾਤੇ ਖੁੱਲ੍ਹੇ ਹਨ, ਪੈਲਸ ਖੁੱਲ੍ਹੇ ਹਨ, ਜੋ ਕਿ ਸਾਡਾ ਕੰਮ ਅੱਗੇ ਥੋੜ੍ਹਾ ਮੋਟਾ ਅਸੀਂ ਕਰ ਸਕੀਏ। ਉਹਦੇ ਦੌਰਾਨ ਅਗਰ ਪੰਜਾਬ ਸਰਕਾਰ ਇਸ ਚੀਜ਼ ਦੀ ਕੋਈ ਸੁਣਵਾਈ ਨਹੀਂ ਕਰਦੀ, ਹੋ ਸਕਦਾ ਇਸ ਤੋਂ ਵੱਡਾ ਧਰਨਾ ਲਾਇਆ ਜਾਵੇ। ਅਸੀਂ ਮੈਰਿਜ ਪੈਲਸ, ਟੈਂਟ ਹਾਊਸ, ਡੀਜੇ, ਲਾਈਟ ਸਾਊਂਡ ਵਾਲੇ ਐਸੋਸੀਏਸ਼ਨ, ਹਰਵਾਈ ਜੀ ਨੇ ਕੈਂਟੀ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਕੰਮ 30 ਬੰਦਿਆਂ ਦੇ ਹੈ, 300 ਬੰਦੇ ਦਾ ਕੀਤਾ ਜਾਵੇ। ਜਿਹੜਾ ਕੋਵਿਡ-19 ਦਾ ਜਿਹੜਾ ਸਿਸਟਮ ਸੀਗਾ ਮਾਰਚ ਤੋਂ ਬੰਦ ਕੀਤਾ ਹੋਇਆ, 6 ਮਹੀਨੇ ਹੋ ਗਏ ਅਸੀਂ ਵਿਹਲੇ ਬੈਠੇ ਹਾਂ। ਹੁਣ ਅਸੀਂ ਇਹ ਵੀ ਹੁਣ ਬਿਲਕੁਲ ਸਾਡੀ ਲੇਬਰ ਨੂੰ ਅਸੀਂ ਤਨਖਾਹ ਆਪਣੇ ਕੋਲੋਂ ਦੇ ਰਹੇ ਹਾਂ, ਬਿਜਲੀ ਦੇ ਬਿੱਲ ਕੋਲੋਂ ਭਰ ਰਹੇ ਹਾਂ। ਹੁਣ ਇਸ ਵੇਲੇ ਸਾਡੀ ਲੇਬਰ ਸਾਰੀ ਅਸੀਂ ਆਪ ਦਿੱਤੇ ਤੇ ਸਾਡੀ ਲੇਬਰ ਸਾਰੀ ਭੁੱਖੀ ਮਰਦੀ ਹੈ। ਇਸ ਕਰਕੇ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅਸੀਂ ਪੰਜਾਬ ਸਰਕਾਰ ਦੀ ਹਜਾਤਾਂ ਮੁਤਾਬਕ ਕੰਮ ਕਰਾਂਗੇ। ਜੇ ਤਾਂ ਸਾਨੂੰ ਸੋਸ਼ਲ ਡਿਸਟੈਂਸ ਜੋ ਵੀ ਸਾਨੂੰ ਹੋਊਗਾ ਉਹਦੀ ਪਾਲਣਾ ਕਰਾਂਗੇ ਤੇ ਸਾਡੇ ਕੰਮ ਕਰ 300 ਬੰਦੇ ਤੱਕ। ਰਾਮਪੁਰਾ ਫੂਲ ਤੋਂ ਜਸਵੀਰ ਔਲਖ ਦੀ ਰਿਪੋਰਟ, NC7 ਨਿਊਜ਼।